ਸੁਰਜੀਤ ਪਾਤਰ ਹੋਣਾਂ ਦੇ ਵਿੱਚ ਗੁੱਸਾ ਕਰਨ ਵਾਲਾ ਜਿਹੜਾ ਇੱਕ ਸੋਫਟਵੇਅਰ ਹੁੰਦਾ ਉਹ ਸ਼ਾਇਦ ਕੁਦਰਤ ਪਾਉਣੀ ਭੁੱਲ ਗਈ ਜਾਂ ਉਹਨਾਂ ਨੇ ਕਿਸੇ ਤਰੀਕੇ ਨਾਲ ਵਿੱਚੋਂ ਆਪਣੇ ਨੂੰ ਕੱਢਿਆ ਹੋਇਆ ਸੀ ਇਸ ਕਰਕੇ ਪਹਿਲੀ ਵਾਰੀ ਇੱਕ ਵਾਰੀ ਗੁੱਸਾ ਰਾਂਝੀ ਇੰਨਾ ਵੱਧ ਗਿਆ ਕਿ ਮੈਂ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਮੈਂ ਨਾ ਤੁਹਾਡੇ ਨਾਲ ਨਾਰਾਜ਼ ਹਾਂ ਅਤੇ ਉਹਨਾਂ ਨੇ ਇਹ ਕਦੇ ਅਜ਼ਿਊਮ ਨਹੀਂ ਕੀਤਾ ਹੋਊਗਾ ਕਿ ਮੈਂ ਉਹਨਾਂ ਨਾਲ ਨਾਰਾਜ਼ ਵੀ ਹੋ ਸਕਦਾ ਅਤੇ ਉਹਨਾਂ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਹੋਰ ਨਾਰਾਜ਼ ਹੋ ਗਿਆ ਉਹ ਨਾਰਾਜ਼ਗੀ ਵੱਧਦੀ ਵੱਧਦੀ ਲੜਾਈ ਤੱਕ ਪਹੁੰਚ ਗਈ ਬਹੁਤ ਸਮਾਂ ਸਾਡੀ ਬੋਲਬਾਣੀ ਨਾ ਰਹੀ ਸੁਰਜੀਤ ਪਾਤਰ ਹੋਣਾਂ ਨਾਲ 33-34 ਸਾਲ ਦੀ ਐਸੋਸੀਏਸ਼ਨ ਮੇਰੇ ਕਾਲਜ ਸਮੇਂ ਤੋਂ ਅਤੇ ਉਹਦੇ ਬਾਰੇ ਥੋੜ੍ਹੇ ਸਮੇਂ 'ਚ ਗੱਲਾਂ ਕਰਦੇ ਹਾਂ ਸ਼ਾਇਦ ਅਸੀਂ ਸਹਿਜ ਨਹੀਂ ਰਹਿੰਦੇ ਮੇਰਾ ਖਿਆਲ ਸਭੀ ਨੇ ਵੀ ਇਹ ਐਕਸਪੀਰੀਅੰਸ ਕੀਤਾ ਹੋਊਗਾ ਕਿਉਂਕਿ ਇਹ ਬਹੁਤ ਸਾਰੀਆਂ ਯਾਦਾਂ ਦਾ ਬਹੁਤ ਸਾਰੀਆਂ ਗੱਲਾਂ ਦਾ ਅਤੇ ਬਹੁਤ ਸਾਰੇ ਵਿਚਾਰਾਂ ਦਾ ਇੰਨੀ ਕੜਬਾਸ ਹੋ ਜਾਂਦੀ ਆ ਕਿ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਤੁਸੀਂ ਗੱਲ ਕਿੱਥੋਂ ਸ਼ੁਰੂ ਕਰੋ ਉਹ ਵੀ ਜਦੋਂ ਰੌਲਾ ਇੰਨਾ ਜ਼ਿਆਦਾ ਹੋਵੇ 1988 ਤੋਂ ਮੇਰੇ ਕਾਲਜ ਪੜ੍ਹਦੇ ਵੇਲੇ ਤੋਂ ਉਹਨਾਂ ਨਾਲ ਮੇਰੀ ਐਸੋਸੀਏਸ਼ਨ ਹੋਈ ਕਿ ਅਸੀਂ ਉਹਨਾਂ ਕੋਲ ਸਿੱਖਣ ਜਾਣ ਲੱਗੇ ਯੂਨੀਵਰਸਿਟੀ ਅਤੇ ਇੰਜੀਨੀਅਰਿੰਗ ਕਾਲਜ ਦਾ ਮਾਹੌਲ ਲਗਭਗ ਇੱਕੋ ਜਿਹਾ ਹੁੰਦਾ ਸੀ ਜੇ ਸਾਡੇ ਕਾਲਜ ਵਿੱਚ ਸਟ੍ਰਾਈਕ ਹੋਈ ਤਾਂ ਯੂਨੀਵਰਸਿਟੀ 'ਚ ਵੀ ਹੋਣੀ ਹੁੰਦੀ ਸੀ ਯੂਨੀਵਰਸਿਟੀ ਵਿੱਚ ਬੰਕ ਲੱਗੇ ਤਾਂ ਇੰਜੀਨੀਅਰਿੰਗ ਕਾਲਜ ਵਿੱਚ ਵੀ ਲੱਗਣੇ ਹੁੰਦੇ ਸੀ ਅਤੇ ਉਹ ਸਾਡੇ ਲਈ ਨਵੇਂ ਬੱਚਿਆਂ ਲਈ ਇਸ ਕਰਕੇ ਲਾਹੇ ਦਾ ਹੁੰਦਾ ਸੀ ਕਿ ਅਸੀਂ ਸਾਈਕਲ ਚੱਕ ਕੇ ਯੂਨੀਵਰਸਿਟੀ ਜਾ ਸਕਦੇ ਹਾਂ ਸੁਰਜੀਤ ਪਾਤਰ ਨੂੰ ਮਿਲ ਸਕਦੇ ਹਾਂ ਉਹਨਾਂ ਕੋਲ ਬੈਠ ਸਕਦੇ ਹਾਂ ਅਤੇ ਉਹਨਾਂ ਦੇ ਹਵਾਲੇ ਨਾਲ ਜਾਂ ਉਹਨਾਂ ਦੇ ਬਹਾਨੇ ਨਾਲ ਹੋਰ ਬਹੁਤ ਸਾਰੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਵੇਂ ਅਮਰਜੀਤ ਗਰੇਵਾਲ ਉਹਨਾਂ ਨੂੰ ਡਾਕਟਰ ਸਾਧੂ ਸਿੰਘ ਨੂੰ ਡਾਕਟਰ ਦੁਸਾਂਝ ਨੂੰ ਹਰਚਰਨ ਬੈਂਸ ਨੂੰ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਅਤੇ ਸਭ ਤੋਂ ਵਧੀਆ ਗੱਲ ਲੱਗਦੀ ਸੀ ਕਿ ਉਹਨਾਂ ਦੇ ਬਹੁਤ ਥੋੜ੍ਹੇ ਸ਼ਬਦਾਂ 'ਚ ਬਹੁਤ ਕੰਮ ਦੀਆਂ ਗੱਲਾਂ ਅਸੀਂ ਸਿੱਖ ਲੈਂਦੇ ਸੀ ਅਤੇ ਉਹਨਾਂ ਦੇ ਬੋਲਣ ਨਾਲੋਂ ਵੀ ਉਹਨਾਂ ਦੇ ਵਿਹਾਰ ਤੋਂ ਜ਼ਿਆਦਾ ਗੱਲਾਂ ਸਿੱਖਦੇ ਸੀ ਅਤੇ 33-34 ਸਾਲ 'ਚ ਇਹ ਦੇਖਿਆ ਕਿ ਸੁਰਜੀਤ ਪਾਤਰ ਹੋਣਾਂ ਦੇ ਵਿੱਚ ਗੁੱਸਾ ਕਰਨ ਵਾਲਾ ਜਿਹੜਾ ਇੱਕ ਸੋਫਟਵੇਅਰ ਹੁੰਦਾ ਉਹ ਸ਼ਾਇਦ ਕੁਦਰਤ ਪਾਉਣੀ ਭੁੱਲ ਗਈ ਜਾਂ ਉਹਨਾਂ ਨੇ ਕਿਸੇ ਤਰੀਕੇ ਨਾਲ ਵਿੱਚੋਂ ਆਪਣੇ ਨੂੰ ਕੱਢਿਆ ਹੋਇਆ ਸੀ ਅਤੇ ਬਕੌਲ ਡਾਕਟਰ ਜੋਗਿੰਦਰ ਕਹਿ ਰਹੇ ਹੋ ਕਿ ਸੁਰਜੀਤ ਪਾਤਰ ਨਾਲ ਜ਼ਿਆਦਤੀ ਕਰਨ ਵਾਲਿਆਂ ਨਾਲ ਵੀ ਉਹਨਾਂ ਦੇ ਦੋਸਤਾਂ ਨੂੰ ਲੜਨਾ ਪੈਂਦਾ ਸੀ ਉਹ ਆਪ ਨਹੀਂ ਸੀ ਲੜਦੇ ਇਹ ਸ਼ਾਇਦ ਕਈ ਵਾਰੀ ਮੈਨੂੰ ਉਹਨਾਂ ਦਾ ਇਹ ਐਬ ਵੀ ਲੱਗਦਾ ਸੀ ਕਿਉਂਕਿ ਉਹਨਾਂ ਨਾਲ ਫਿਰ ਲੜਨ ਵਾਲੇ ਦੀ ਤਾਂ ਜਿਹਨਾਂ ਨਾਲ ਲੜਿਆ ਹੁੰਦਾ ਬੋਲਚਾਲ ਬੰਦ ਹੋ ਜਾਂਦੀ ਸੀ ਥੋੜ੍ਹੇ ਚਿਰਾਂ ਬਾਅਦ ਉਹ ਬੰਦਾ ਉਹਨਾਂ ਦੇ ਪੈਰਾਂ 'ਚ ਬੈਠਾ ਮਿਲਦਾ ਸੀ ਅਤੇ ਇਹ ਉਹਨਾਂ ਦਾ ਸ਼ਾਇਦ ਵਡੱਪਣ ਵੀ ਸੀ ਇਸ ਗੱਲ ਦਾ ਉਹਨਾਂ ਦੇ ਸੁਭਾਅ ਦਾ ਉਹਨਾਂ ਨੂੰ ਲਾਭ ਵੀ ਸੀ ਅਤੇ ਸ਼ਾਇਦ ਸਾਡੇ ਵਰਗਿਆਂ ਨੂੰ ਇਹ ਨੁਕਸਾਨ ਲੱਗਦਾ ਸੀ ਅਤੇ ਸਭ ਤੋਂ ਜਿਹੜੀ ਮੇਰੇ ਲਈ ਲਾਹੇਵੰਦੀ ਗੱਲ ਰਹੀ ਇੱਕ ਟ੍ਰੇਨਰ ਵਾਲੀ ਰਹੀ ਮੈਨੂੰ ਯਾਦ ਆ ਮੈਂ 2001 ਵਿੱਚ ਜਾਂ 2000 ਵਿੱਚ ਉਹਨਾਂ ਦੇ ਨਾਲ ਗਿਆ 26 ਜਨਵਰੀ ਵਾਲੇ ਲਾਲ ਕਿਲੇ ਵਾਲੇ ਕਵੀ ਦਰਬਾਰ 'ਚ ਅਤੇ ਉੱਥੇ ਵੀ ਥੋੜ੍ਹੀਆਂ ਅਗਲੀਆਂ ਕੁਰਸੀਆਂ 'ਚ ਜਿੱਦਾਂ ਫੋਰਮਲ ਕੁਰਸੀਆਂ ਨੇ ਉੱਥੇ ਸੁਣਨ ਵਾਲੇ ਲੋਕ ਬੈਠੇ ਪਿੱਛੇ ਬਹੁਤ ਹਜ਼ੂਮ ਹੁੰਦਾ ਸੀ ਕਿਉਂਕਿ ਦਿੱਲੀ ਅਕੈਡਮੀ ਬੱਸਾਂ ਭਰ ਕੇ ਸਰੋਤੇ ਲਿਆਉਂਦੀ ਸੀ ਅਤੇ ਸਰੋਤਿਆਂ ਦੇ ਖਾਣ ਪੀਣ ਦਾ ਬਹੁਤ ਪ੍ਰਬੰਧ ਹੁੰਦਾ ਸੀ ਬਹੁਤੇ ਖਾਣ ਪੀਣ ਵਾਲੇ ਲੋਕ ਆਏ ਹੁੰਦੇ ਸੀ ਅਤੇ ਉਹ ਮੈਨੂੰ ਕਹਿੰਦੇ ਤੂੰ ਘਬਰਾਈ ਨਾ ਇਹ ਸਮਝੀ ਕਿ ਉਹ ਜਿਹੜੇ ਸਾਹਮਣੇ ਕੈਮਰੇ ਲੱਗੇ ਆ ਉਹਨਾਂ 'ਤੇ ਰਿਕਾਰਡਿੰਗ ਕਰਾਉਣਾ ਆ ਅਤੇ ਵੈਸੇ ਅੱਜ ਵੀ ਮੈਂ ਤਕਰੀਬਨ ਉੱਦਾਂ ਹੀ ਸਮਝ ਕੇ ਬੋਲ ਰਿਹਾ ਅਤੇ ਮੈਂ ਉਦੋਂ ਮੇਰੀ ਕਿਤਾਬ ਅਸੀਂ ਨਾਨਕ ਦੇ ਕੀ ਲੱਗਦੇ ਛਪਣ ਵਾਲੀ ਸੀ ਉਹਦਾ ਮੇਰੇ ਕੋਲ ਖਰੜਾ ਹੀ ਸੀ ਅਤੇ ਉਹ ਨਾਨਕ ਕਵਿਤਾ ਮੈਂ ਉੱਥੇ ਪੜ੍ਹੀ ਅਤੇ ਪਹਿਲੀ ਵਾਰੀ ਪੜ੍ਹੀ ਸੀ ਅਤੇ ਬਹੁਤ ਮੈਂ ਫਲੋ ਵਿੱਚ ਨਹੀਂ ਪੜ੍ਹੀ ਰੁਕ ਰੁਕ ਕੇ ਅੜਕ ਅੜਕ ਕੇ ਪੜ੍ਹੀ ਅਤੇ 2 ਕੁ ਮਹੀਨਿਆਂ ਬਾਅਦ ਉਹ ਕਿਤਾਬ ਛਪ ਗਈ ਅਤੇ ਛਪਣ ਸਰ ਕਾਫੀ ਮਸ਼ਹੂਰ ਹੋ ਗਈ ਖਾਸ ਕਰਕੇ ਕਾਲਜਾਂ ਦੇ ਵਿਦਿਆਰਥੀਆਂ 'ਚ ਅਤੇ ਉਦੋਂ ਥੋੜ੍ਹੀ ਦੇਰ ਬਾਅਦ ਉਹ ਕਿਸੇ ਕਾਲਜ ਵਿੱਚ ਕਿਸੇ ਬੱਚਿਆਂ ਦੇ ਕਵਿਤਾ ਮੁਕਾਬਲੇ ਦੀ ਪ੍ਰਧਾਨਗੀ ਕਰਨ ਜਾਂ ਮੁੱਖ ਮਹਿਮਾਨੀ ਕਰਨ ਗਏ ਅਤੇ ਵਾਪਸ ਆ ਕੇ ਮੈਨੂੰ ਕਹਿੰਦੇ ਕਿ ਅੱਜ ਮੈਂ ਫਲਾਣੇ ਕਾਲਜ ਵਿੱਚ ਗਿਆ ਸੀ ਉੱਥੇ 25 ਬੱਚਿਆਂ ਨੇ ਕਵਿਤਾਵਾਂ ਪੜ੍ਹੀਆਂ ਉਹਨਾਂ ਵਿੱਚੋਂ ਅੱਧਿਆਂ ਨੇ ਤੇਰੀ ਉਹ ਨਾਨਕ ਵਾਲੀ ਕਵਿਤਾ ਪੜ੍ਹੀ ਅਤੇ ਅਗਲੀ ਗੱਲ ਕਹਿੰਦੇ ਇਹ ਹੈ ਕਿ ਸਾਰਿਆਂ ਨੇ ਤੇਰੇ ਨਾਲੋਂ ਵਧੀਆ ਪੜ੍ਹੀ ਅਤੇ ਉਹਨਾਂ ਦੇ ਇਸ ਟਿੱਪਣੀ ਕਰਕੇ ਉਹ ਕਵਿਤਾ ਇੰਨੀ ਮਸ਼ਹੂਰ ਹੋਣ ਦੇ ਬਾਵਜੂਦ ਮੈਂ ਕਦੇ ਨਹੀਂ ਪੜ੍ਹੀ
ਅਤੇ ਜੇ ਮੈਨੂੰ ਕੋਈ ਕਹੇ ਮੈਨੂੰ ਆਪਣੀਆਂ ਬਹੁਤ ਕਵਿਤਾਵਾਂ ਜਵਾਨੀ ਯਾਦ ਨੇ ਪਰ ਉਹ ਯਾਦ ਨਹੀਂ। ਇਹ ਇਸ ਤਰ੍ਹਾਂ ਦੀ ਉਹਨਾਂ ਦੀ ਟ੍ਰੇਨਿੰਗ ਸੀ ਅਤੇ ਮੈਂ ਸ਼ੁਰੂ 'ਚ ਜਦੋਂ ਉਹਨਾਂ ਨੂੰ ਮਿਲਣ ਤੋਂ ਪਹਿਲਾਂ ਮੈਂ ਉਹਨਾਂ ਦੀ ਕਿਤਾਬ ਹਵਾ 'ਚ ਲਿਖੇ ਹਰਫ ਪੜ੍ਹ ਚੁੱਕਾ ਸੀ, ਤਕਰੀਬਨ ਯਾਦ ਕਰ ਚੁੱਕਾ ਸੀ। ਅਤੇ ਜਿੱਥੇ ਵੀ ਉਹ ਕਿਤੇ ਹੁਣੇ ਮੈਂ ਉਹ ਜਵਾਨੀ ਪੜ੍ਹਦੇ ਸੀ ਅਤੇ ਮੈਂ ਕੋਸ਼ਿਸ਼ ਕਰਦਾ ਸੀ ਬੱਚਿਆਂ ਵਾਂਗੂ ਸਟੇਜ 'ਤੇ ਲਾ ਕੇ ਬਹਿਣ ਦੀ ਵੀ ਕਿਤੇ ਭੁੱਲ ਨਾ ਜਾਣ, ਜੇ ਕਿਤੇ ਭੁੱਲ ਗਿਆ ਤਾਂ ਮੈਂ ਯਾਦ ਕਰਾ ਦੂੰ। ਅਤੇ ਇਸ ਤਰ੍ਹਾਂ ਮੈਂ ਕਰਦਾ ਵੀ ਰਿਹਾ ਅਤੇ ਉਸੇ ਦਿੱਲੀ ਵਾਲੇ ਸਾਡੀ ਯਾਤਰਾ ਤੋਂ ਅਗਲੇ ਦਿਨ ਉਹਨਾਂ ਨੇ ਆਸਟ੍ਰੇਲੀਆ ਲਈ ਆਪਣੇ ਵੀਜ਼ਾ ਇੰਟਰਵਿਊ ਲਈ ਜਾਣਾ ਸੀ ਅਤੇ ਮੈਨੂੰ ਉਹਨਾਂ ਇੱਕ ਪੋਜੈਸਿਵ ਹੋਣ ਕਰਕੇ ਜਾਂ ਸ਼ਰਧਾਵਾਨ ਹੋਣ ਕਰਕੇ ਬੜਾ ਫਿਕਰ ਸੀ ਕਿ ਆਸਟ੍ਰੇਲੀਆ ਅੰਬੈਸੀ ਵਾਲਿਆਂ ਨੂੰ ਕਿਵੇਂ ਪਤਾ ਲੱਗੂਗਾ ਕਿ ਇਹ ਤਾਂ ਐਡੇ ਮਹਾਨ ਬੰਦੇ ਨੇ, ਪੰਜਾਬੀ ਦੇ ਐਡੇ ਮਹਾਨ ਸ਼ਾਇਰ ਨੇ, ਇਹਨੇ ਆਪ ਤਾਂ ਦੱਸਣਾ ਨਹੀਂ। ਅਤੇ ਮੈਂ ਉਹਨਾਂ ਨੂੰ ਬੱਚਿਆਂ ਵਾਂਗੂ ਟ੍ਰੇਨ ਕਰ ਰਿਹਾ ਸੀ ਕਿ ਤੁਸੀਂ ਆਪਣੀਆਂ ਕਿਤਾਬਾਂ ਆਪਣੇ ਮੂਹਰੇ ਰੱਖਿਓ, ਜਿਹੜੇ ਜਿਹਦੇ ਪਾਸੇ ਤੁਹਾਡੀ ਫੋਟੋ ਛਪੀ ਆ ਉੱਪਰ ਰੱਖਿਓ, ਉਹਨਾਂ ਨੂੰ ਪਤਾ ਲੱਗ ਜਾਵੇ ਵੀ ਸੁਰਜੀਤ ਪਾਤਰ ਕਿੰਨੇ ਮਸ਼ਹੂਰ ਬੰਦੇ ਜਾਂ ਮਹਾਨ ਬੰਦੇ ਆ। ਇਸ ਤਰ੍ਹਾਂ ਦਾ ਜਿਹੜਾ ਇੱਕ ਇਮੋਸ਼ਨਲ ਅਟੈਚਮੈਂਟ ਸੀ ਉਹ ਟ੍ਰਾਂਸਫਾਰਮ ਹੁੰਦੀ, ਕਿਉਂਕਿ ਜਿਹਨਾਂ ਨਾਲ ਤੁਹਾਡੀ ਲੰਬੀ ਐਸੋਸੀਏਸ਼ਨ ਹੋਵੇ ਉਹਦੇ ਵਿੱਚ ਜਿੰਨੀਆਂ ਤਿੱਖਾ ਜੇ ਲੜਾਈਆਂ ਵੀ ਉਹਨਾਂ ਨਾਲ ਹੀ ਹੋਣੀਆਂ ਹੁੰਦੀਆਂ ਜਿਹਨਾਂ ਨਾਲ ਤੁਹਾਡੀ ਜ਼ਿਆਦਾ ਨੇੜਤਾ ਹੋਵੇ। ਸਾਡੇ ਘਰਾਂ ਪਰਿਵਾਰਾਂ ਵਿੱਚ ਵੀ ਜਿੰਨੀ ਸਾਡੀ ਕਿਸੇ ਨਾਲ ਨੇੜਤਾ ਹੁੰਦੀ ਹੈ ਉਹਦੇ ਨਾਲ ਸਾਡੇ ਗੁੱਸੇ ਰਾਜੀ ਵੀ ਉੰਨੀ ਤਿੱਖੀ ਕਿਸਮ ਦੇ ਹੁੰਦੇ। ਮੈਂ 2 ਸਾਲ ਹੀ ਪੰਜਾਬੋਂ ਬਾਹਰ ਗਿਆ ਅਤੇ ਉਦੋਂ ਐਸੋਸੀਏਸ਼ਨ ਸੀ ਜਿਹੜੀ ਉਹ ਨਵੀਂ ਤਰ੍ਹਾਂ ਨਾਲ ਟ੍ਰਾਂਸਫਾਰਮ ਹੋਈ, ਉਦੋਂ ਖਤਾਂ ਨਾਲ ਹੋਈ ਕਿ ਉੱਥੋਂ ਮੈਨੂੰ ਉਹਨਾਂ ਨਾਲ ਜੁੜੇ ਰਹਿਣ ਲਈ ਮੈਂ ਲਗਾਤਾਰ ਖੱਤ ਲਿਖਦਾ ਸੀ ਅਤੇ ਫਿਰ ਖੱਤ ਦੀ ਉਡੀਕ ਕਰਨੀ ਅਤੇ ਉਦੋਂ ਉਹ ਵੈਸਟ ਬੰਗਾਲ ਦੇ ਇੱਕ ਪਿੰਡ ਦੇ ਵਿੱਚ ਥਰਮਲ ਪਲਾਂਟ ਸੀ ਅਤੇ ਤਕਰੀਬਨ 30 ਦਿਨਾਂ ਬਾਅਦ ਚਿੱਠੀ ਆਉਂਦੀ ਜਾਂਦੀ ਸੀ ਅਤੇ ਉਹ ਲਿਖ ਕੇ 30 ਦਿਨ ਉਡੀਕਣ ਦੀ ਬਜਾਏ ਅਗਲੀ ਪਹਿਲਾਂ ਹੀ ਲਿਖ ਦੇਣੀ ਪਿਛਲੀ ਦਾ ਜਵਾਬ ਆਉਣ ਤੋਂ ਪਹਿਲਾਂ। ਅਤੇ ਉਹ ਉਦੋਂ ਇੱਕ ਉਹ ਰਿਸ਼ਤਾ ਭਾਵੁਕਤਾ ਤੋਂ ਬਾਅਦ ਇੱਕ ਹੋਰ ਬੌਧਿਕਤਾ ਦਾ ਬਣਿਆ, ਕਿਉਂਕਿ ਮੈਂ ਆਪਣੀਆਂ ਨਵੀਆਂ ਲਿਖੀਆਂ ਚੀਜ਼ਾਂ ਉਹਨਾਂ ਨੂੰ ਭੇਜਦਾ ਅਤੇ ਉਹਨਾਂ ਨੇ ਉਹਦੀ ਨੋਕ ਭਾਲਕ ਠੀਕ ਕਰਕੇ ਮੈਨੂੰ ਵਾਪਸ ਭੇਜਣੀ ਅਤੇ ਇਹ ਸਿਲਸਿਲਾ ਚੱਲਦਾ ਰਿਹਾ। ਦੂਜੀ ਬ੍ਰੇਕ ਅਸੀਂ ਇੱਕ ਵਾਰੀ ਬਹੁਤੀ ਵਾਰੀ ਉਹਨਾਂ ਨੇ ਆਪਣੀ ਜਦੋਂ ਵੀ ਕਿੱਥੇ ਅਹੁਦੇ 'ਤੇ ਰਹੇ ਆਪਣੇ ਨਾਲ ਰੱਖਿਆ। ਜਦੋਂ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਸੀ ਅਤੇ ਉਹਨੇ ਮੈਨੂੰ ਆਪਣਾ ਸੈਕਟਰੀ ਬਣਾਇਆ, ਸੈਕਟਰੀ ਸਾਹਿਤ ਅਕੈਡਮੀ ਬਣਾਇਆ, ਅਤੇ ਜਦੋਂ ਸਾਹਿਤ ਅਕੈਡਮੀ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਬਣੇ ਤਾਂ ਉਦੋਂ ਉਹਨੇ ਪੰਜਾਬ ਸਾਹਿਤ ਅਕੈਡਮੀ ਦਾ ਮੈਨੂੰ ਸੈਕਟਰੀ ਬਣਾਇਆ। ਅਤੇ ਜਿਹਨਾਂ ਨਾਲ ਤੁਸੀਂ ਕੰਮ ਕਰਦੇ ਹੋਵੋ ਅਤੇ ਮੇਰੇ ਵਰਗਾ ਥੋੜ੍ਹਾ ਲੜਾਕਾ ਬੰਦਾ ਜੇ ਉਹਦਾ ਪ੍ਰਧਾਨ ਜ਼ਿਆਦਾ ਸਾਊ ਹੋਵੇ ਤਾਂ ਆਪਸ ਵਿੱਚ ਥੋੜ੍ਹੀ ਗੁੱਸੇਰਾਜੀ ਹੋਣੀ ਬਹੁਤ ਸੁਭਾਵਿਕ ਹੁੰਦੀ ਆ, ਅਤੇ ਇਸ ਕਿਉਂਕਿ ਉਹਨਾਂ 'ਚ ਗੁੱਸਾ ਘੱਟ ਸੀ, ਮੇਰੇ 'ਚ ਐਵਰੇਜ ਨਾਲੋਂ ਜ਼ਿਆਦਾ ਹੈ। ਅਤੇ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਪ੍ਰਧਾਨ ਜੀ ਨੂੰ ਇੱਦਾਂ ਕਰਨੀ ਚਾਹੀਦੀ, ਪਰ ਉਹਨਾਂ ਦਾ ਸੁਭਾਅ, ਉਹਨਾਂ ਦਾ ਆਪਣਾ ਸੁਭਾਅ ਸੀ। ਇਸ ਕਰਕੇ ਪਹਿਲੀ ਵਾਰੀ ਇੱਕ ਵਾਰੀ ਗੁੱਸਾ ਰਾਜੀ ਇੰਨਾ ਵੱਧ ਗਿਆ ਕਿ ਮੈਂ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਮੈਂ ਨਾ ਤੁਹਾਡੇ ਨਾਲ ਨਾਰਾਜ਼ ਹਾਂ। ਅਤੇ ਉਹਨਾਂ ਨੇ ਇਹ ਕਦੇ ਅਜ਼ਿਊਮ ਨਹੀਂ ਕੀਤਾ ਹੋਊਗਾ ਕਿ ਮੈਂ ਉਹਨਾਂ ਨਾਲ ਨਾਰਾਜ਼ ਵੀ ਹੋ ਸਕਦਾ, ਅਤੇ ਉਹਨਾਂ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਮੈਂ ਹੋਰ ਨਾਰਾਜ਼ ਹੋ ਗਿਆ। ਉਹ ਨਾਰਾਜ਼ਗੀ ਵੱਧਦੀ ਵੱਧਦੀ ਲੜਾਈ ਤੱਕ ਪਹੁੰਚ ਗਈ, ਬਹੁਤ ਸਮਾਂ ਸਾਡੀ ਬੋਲਬਾਣੀ ਨਾ ਰਹੀ। ਅਤੇ ਉਸ ਤੋਂ ਬਾਅਦ ਜਦੋਂ ਬੋਲਬਾਣੀ ਹੋਈ, ਅਸੀਂ ਇੱਕ ਟੇਬਲ 'ਤੇ ਬੈਠੇ, ਅਮਰਜੀਤ ਗਰੇਵਾਲ ਉਸਦੇ ਗਵਾਹ ਨੇ ਕਿ ਲੜਾਈ ਜਾਂ ਨਾਰਾਜ਼ਗੀ ਕਿੱਥੋਂ ਸ਼ੁਰੂ ਹੋਈ। ਅਸੀਂ ਪਿੱਛੇ ਤੋਂ ਪਿੱਛੇ ਜਾਂਦੇ ਰਹੇ ਅਤੇ ਉਸ ਪੁਆਇੰਟ 'ਤੇ ਪਹੁੰਚੇ ਕਿ ਜਿੱਥੋਂ ਨਾਰਾਜ਼ਗੀ ਸ਼ੁਰੂ ਹੋਈ, ਅਤੇ ਉਹਨਾਂ ਨੇ ਉਹਨੂੰ ਬਹੁਤ ਜ਼ਿਆਦਾ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਅਤੇ ਇਹਦੇ ਲਈ ਮੈਂ ਜ਼ਿੰਮੇਵਾਰ ਹਾਂ। ਅਤੇ ਉਹ ਸਭਾ ਜਦੋਂ ਬਰਖਾਸਤ ਹੋਈ ਅਤੇ ਕਾਫੀ ਲੇਟ ਹੋ ਗਿਆ ਸੀ ਅਤੇ ਘਰੋਂ ਘਰੀ ਜਾਣ ਲੱਗੇ, ਤਾਂ ਉਹਨੇ ਕਿਹਾ ਫਿਰ ਤੈਨੂੰ ਹੁਣ ਮੈਂ ਛੱਡ ਕੇ ਆਊਂਗਾ। ਅਤੇ ਉਹ ਮੈਨੂੰ ਘਰ ਛੱਡਣ ਲੱਗੇ। ਜਦੋਂ ਅਸੀਂ ਉੱਤਰਨ ਲੱਗੇ ਤਾਂ ਉੱਤਰਨ ਲੱਗਿਆਂ ਸਾਡੇ ਕਾਫੀ ਦੇਰ ਇੱਕ ਚੁੱਪ ਰਹੀ, ਇੱਕ ਦੂਜੇ ਨੂੰ ਅਸੀਂ ਛੋਹ ਕੇ ਦੇਖਿਆ ਅਤੇ ਅਸੀਂ ਥੋੜ੍ਹਾ ਥੋੜ੍ਹਾ ਰੋਏ ਵੀ। ਅਤੇ ਉਦੋਂ ਬਾਅਦ ਦੇਖਿਆ ਕਿ ਉਹ ਰਿਸ਼ਤਾ ਸ਼ਬਦਾਂ ਤੋਂ ਬਾਅਦ ਇੱਕ ਨਾਰਾਜ਼ਗੀ ਤੋਂ ਬਾਅਦ ਨੈਕਸਟ ਲੈਵਲ 'ਤੇ ਆ ਗਿਆ। ਅਤੇ ਅਸੀਂ ਕਰੀਬੀ ਰਿਸ਼ਤਿਆਂ 'ਚ ਜਦੋਂ ਸਾਡੇ 'ਚ ਨਾਰਾਜ਼ਗੀ ਆਉਂਦੀ ਆ, ਬੋਲਬਾਣੀ ਬੰਦ ਹੁੰਦੀ ਆ, ਅਤੇ ਜਦੋਂ ਦੁਬਾਰਾ ਸ਼ੁਰੂ ਹੁੰਦੀ ਆ ਤਾਂ ਨੈਕਸਟ ਲੈਵਲ 'ਤੇ ਚੱਲ ਜਾਂਦੀ ਆ। ਉਸ ਰਿਸ਼ਤੇ ਦੀ ਕੁਆਲਿਟੀ ਹੋਰ ਤਰ੍ਹਾਂ ਦੀ ਹੋ ਜਾਂਦੀ ਆ ਅਤੇ ਉਸ ਵਧੀ ਹੋਈ ਕੁਆਲਿਟੀ ਨਾਲ ਉਦੋਂ ਸਾਡੇ ਅਗਲੇ 20 ਸਾਲ ਲੰਘੇ।